थान दोस्तों फिर चेक कर लेने ले चलो भाई जान पीछे कट्टी है ठीक है करम वाली आ भी दो ने पिछे दे कट्टी माशाल्लाह जी ए जावे जेदा जावे दोस्तों मेरे सलाम अलैकुम सजनो ते बेलियो उम्मीद करना के सारे दोस्त अहबाब अल्लाह पाक दे फजल ते करम दे नाल हैरियत नाल होंदे अज दिन जी बुद्ध दा ते इस टाइम फहरे सियालकोट सियालकोट दे नामवर मशहूर व्यापारी ते नीली दे शिकारी मुहम्मद इमरान साहब दे डेरे ते मौजूद हाँ ते माशाल्लाह जी भाई इमरान साहब मेहनत करके दोस्तों वास्ते अज दी इस वीडियो च नौ खूबसूरत असली ते नस्ली चोटियां लेके आए ने जिन्हां च माशाल्लाह जी 14-15 किलो दुद्ध वालियां चोटियां भी मौजूद ने सारे जानवरों की तसली करवाने ते उन्हां दा जिहड़ा प्यार मुहब्बत वाला जायज मुनासिब रेट है वह भी मिलों करना भाई इमरान साहब जी सामने जी अस्सलाम वालेकुम वालेकुम सलाम की हाल भाई फराज ठीक हो जी भाई इमरान साहब अल्लाह पाक दा बड़ा शुक्र उहदी ज़ात दा बड़ा करम है शौक है छा करवांदे हो माल असली ते नस्ली क्वालिटी वाला मियारी हुंदा है दोस्त आ रहे जनाब दे नाम तो जनाब दे काम तो बाहूबी वाकफ ने दोस्तों नूं फिर अपना ते अपने डेरे दा भी मुकम्मल तारफ करवा दिओ भाजी जिला सियालकोट तहसील पसरूर खास पिंड मशहूर ठरो मंडी भाजी माशाल्लाह जी ठीक है जी किंगरा जफरवाल चिविंडा दे सेंटर दे विच 7-7 किलोमीटर बेहतर हो गया तैयब साहब हैं जी बिल्कुल जी दुरुस्त जनाब मैं गलती है तो पूछ रहा चाहिए गर्मी बड़ी है जो सब गर्मी देखो पसीना हो गया वैसे भी तो हां तैयब दा तरा कर छड़या ही चार झोटियां सेल हो गईं माशाल्लाह जी फराज परली साइड दे ने चारे झोटियां ठीक है एक भरा है साडा जंडू साइया दा डस्के दे नाल पिंड ठीक है ओथों दे भरा ने लईयां ने भेजन लगे हुण की नाम है भाई इहनां दा यार चमड़ी दोस्तों वेखनी है थान दोस्तों फिर चेक करवा दिने धुनी दोस्तों सामने आ गई है ला चलो भाई जान चीज आई सोनी माशाल्लाह जी की रेट है भाई इमरान साहब छोटी नंबर 1 ਦਾ ਪੱਕਾ ਪੱਕਾ ਰੇਟ ਲਾਣਾ ਨਾ ਹਾਂ ਜਾਂ ਨਾ ਵਾਲੀ ਬਸ ਗੱਲ ਕਰਨੀ ਹੈ ਠੀਕ ਹੈ ਸਿਰਫ 4,10,000 ਦੀ ਜਿਹੜੇ ਭਰਾ ਨੂੰ ਚੰਗੀ ਲੱਗੇ ਦੇਖ 4,10,000 11 ਕਿਲੋ ਦੁੱਧ ਮੇਰੇ ਘਰ ਆ ਗਈ ਜਿਹੜਾ ਮਰਜ਼ੀ ਬੋਲਾ ਫਿਲਹਾਲ ਅੱਗੋਂ ਜਿਉਂ ਜਿਉਂ ਦੁੱਧ ਚ ਪੈਣਾ ਵੇਟਾਂ ਸੁਟਣੀਆਂ ਦੇਣੇ ਮੈਂ ਕਿ ਪੰਜਵਾਂ ਡੰਗ ਚ ਹੋਈ ਗਈ ਠੀਕ ਹੈ ਅੱਗੇ ਭਾਈ ਲਓ ਜੀ ਨੰਬਰ 2 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ ਭਾਈ ਜਾਨ ਖਿਲਾ ਰਹੇ ਉੱਥੇ ਇਹ ਸਾਈਡ ਤੇ ਲਾਓ ਜ਼ਰਾ ਮਾਸ਼ਾਅੱਲਾ ਜੀ ਕਾਲੀਆਂ ਅੱਖਾਂ ਨੇ ਚਿਹਰੇ ਦੀ ਖੂਬਸੂਰਤੀ ਵੇਖਣੀ ਹੈ ਪਹਿਲਵਾਨ ਚੀਜ਼ ਹੈ ਜਸਾਮਤ ਪਿਆਰੀ ਹੈ ਲਿਬਾਸ ਵੀ ਦੋਸਤ ਪੱਕਾ ਲਿਬਾਸ ਹੈ 15 ਕਿਲੋ ਜਿਹੜਾ ਮਰਜ਼ੀ ਭਰਾ ਆਣ ਕੇ ਪੂਰਾ ਕਰ ਲੈ 15 ਕਿਲੋ ਗਰੰਟੀ ਨਾਲ ਸਰਨ ਵੀ ਹੈ ਹਲਕੀ ਜੀ ਬਿਲਕੁਲ ਹੈ ਜੀ ਹੈ ਠੀਕ ਹੈ ਖਿਲਾ ਰਹੇ ਭਾਈ ਜਾਨ ਦਿਨ ਕਿੰਨੇ ਹੋ ਗਏ ਨੇ ਇੱਥੇ ਭਾਈ ਖਿਲਾ ਰਹੇ ਹੋ ਭਾਈ ਫਰਾਜ਼ ਇਹਨੂੰ ਵੀ 4 ਦਿਨ ਹੋਏ ਨੇ ਜੀ ਸੂਈ 4 ਕਿ ਦਿਨ ਹੋ ਗਏ ਨੇ ਸੁਆ ਦੂਸਰਾ ਸੂਆ ਠੀਕ ਹੈ ਮਾਸ਼ਾਅੱਲਾ ਜੀ ਕਾਲਾ ਬ੍ਰਾਂਡ ਹੈ ਖੂਬਸੂਰਤ ਚੀਜ਼ ਹੈ ਚਿਹਰਾ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ ਦੋਹਾਂ ਅੱਖਾਂ ਦੀ ਰੰਗਤ ਵੀ ਸੇਮ ਹੈ ਬੋਲੇ ਤੇ ਫਿਲਹਾਲ ਬੋ 4 ਦਿਨ ਹੋਏ ਜੀ ਠੀਕ ਹੈ ਤੇ ਬੋਲਾ ਦੱਸਿਆ 15 ਕਿਲੋ 15 ਕਿਲੋ ਦੋਹਾਂ ਟਾਮਾਂ ਦਾ ਟੋਟਲ ਬੱਚੇ ਸਮੇਤ ਜਿਹੜਾ ਮੌਜੂਦਾ ਬੋਲਾ ਵੇ 15 ਕਿਲੋ ਹਲਕੀ ਜੀ ਭਾਈ ਟੋਰੇ ਜ਼ਰਾ ਥਾਣੀ ਦੋਸਤਾਂ ਚੈੱਕ ਕਰਵਾ ਦਿੰਦੇ ਆ ਭਾਈ ਤੁਸੀਂ ਇਹ ਤਾਂ ਜਾ ਉਰਲੀ ਸਾਈਡ ਤੇ ਲੈ ਆਉਣਾ ਜ਼ਰਾ ਮਿਹਰਬਾਨੀ ਕਰਨੀ ਥਾਣ ਦੋਸਤਾਂ ਵੇਖਣੇ ਨੇ ਸੋਹਣੇ ਪਾਵਰਫੁਲ ਥਣ ਲੱਗੇ ਨੇ ਫੂਸ਼ਲ ਦੀ ਬਰੀਕੀ ਤੇ ਲੰਬਾਈ ਦੋਸਤਾਂ ਵੇਖਣੀ ਮਾਸ਼ਾਅੱਲਾ ਜੀ ਨੰਬਰ 2 ਤੇ ਚੈੱਕ ਕਰਵਾਉਣੇ ਆ ਬੇ ਪੁੱਠਾ ਵੀ ਦੋਸਤਾਂ ਵੇਖ ਲੈਣਾ ਫਿਲਹਾਲ ਬੋਲੇ ਤੇ ਬੋਲਾ ਦੋਹਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 15 ਕਿਲੋ ਭਾਈ ਜਾਨ ਤੁਸੀਂ ਬੰਨੋ ਜ਼ਰਾ ਨੂੰ ਇਹ ਮਾਸ਼ਾਅੱਲਾ ਜੀ ਥਾਣ ਦੋਸਤਾਂ ਨੂੰ ਫਿਰ ਚੈੱਕ ਕਰਵਾ ਦਿੰਨੇ ਆ ਠੀਕ ਹੈ ਕੀ ਰੇਟ ਹੈ ਭਾਈ ਇਮਰਾਨ ਸਾਹਿਬ ਬਤਾ ਜਾ ਚੈੱਕ ਕਰਵਾ ਲੈਨੇ ਅਗਰ ਖਾਸ ਨੀਲੀ ਦੀ ਨਾ ਹੋਏ ਫਿਰ ਵੀ ਮੈਂ ਜੁਰਮਦਾਰ ਫੋਸ਼ਲ ਬੜੀ ਬਰੀਕ ਹੈ ਜਿਸਾਮਤ ਵੱਡੀ ਹੈ ਇਹ ਚੈੱਕ ਕਰੋ ਮਾਸ਼ਾਅੱਲਾ ਦੀ ਇਹ ਕੱਟੀ ਹੈ ਭਾਈ ਫਰਾਜ਼ ਦੀ ਲਿਆਓ ਭਾਈ ਜਾਨ ਸਾਹਮਣੇ ਜ਼ਰਾ
ਇਹ ਪਿੱਛੇ ਤੇ ਕੱਟੀ ਮਾਸ਼ਾਅੱਲਾ ਜੀ ਬਾਈ ਫਰਾ ਸੋਰੀ ਕੱਟਾ ਠੀਕ ਹੈ ਜੀ ਬਿਹਤਰ ਹੋ ਗਿਆ ਜੀ ਚੌਥਾ ਡੰਗ ਗਿਆ ਜੀ ਸੁਣੀ ਠੀਕ ਹੈ ਕੀ ਰੇਟ ਹੈ ਜੀ ਦਾ ਜਿਹੜੇ ਭਰਾ ਨੂੰ ਚੰਗੀ ਲੱਗੇ ਵੀ 435000 ਦੀ ਦੇ ਦੇ 15 ਕਿਲੋ ਦੁੱਧ ਪੂਰਾ ਕਰਕੇ ਦਿਆਂਗਾ ਇਹ ਬੋਲਾ ਫੇਲਾ ਬੋਲਾ ਫੇਲਾ 435 ਮਾਸ਼ਾਅੱਲਾ ਜੀ ਨੰਬਰ 2 ਤੇ ਚੈੱਕ ਕਰਵਾਈਏ ਪਹਿਲਵਾਨ ਚੀਜ਼ ਹੈ ਵੱਡੀ ਜਸਾਮਤ ਤੇ ਡੱਕਾ ਵਗੈਰਾ ਕੋਈ ਨਹੀਂ ਦੋਸਤਾਂ ਨੇ ਜ਼ਰਾ ਤਸੱਲੀ ਆਪਣੀ ਕਰ ਲੈਣੀ ਹੈ ਕਿਉਂਕਿ ਡੱਕਾ ਹੋਏ ਤੇ ਥਣ ਟਾਈਟ ਹੋਏ ਹੁੰਦੇ ਨੇ ਲਬਾਸ ਵੀ ਸਖਤ ਹੋਇਆ ਹੁੰਦਾ ਹੋਵੇ ਡੱਕਾ ਵਗੈਰਾ ਕੋਈ ਨਹੀਂ ਮਾਸ਼ਾਅੱਲਾ ਜੀ ਅੱਗੇ ਆ ਗਈ ਜੀ ਨੰਬਰ 3 ਤੇ ਲਿਆਓ ਜੀ ਬਬਲੂ ਸਾਹਿਬ ਪਹਿਲਾਂ ਨੇ ਜੀ ਇਸ ਸਾਈਡ ਤੇ ਢੋਰ ਲਓ ਜ਼ਰਾ ਮਾਸ਼ਾਅੱਲਾ ਜੀ ਬਰੀਕੀ ਵੇਖਣੀ ਹੈ ਖੂਬਸੂਰਤੀ ਚੈੱਕ ਕਰਨੀ ਹੈ ਪਹਿਲਨ ਝੋਟੀ ਹੈ ਨੰਬਰ 3 ਤੇ ਚੈੱਕ ਕਰਵਾਉਂਦੇ ਆਪੇ ਕਿਦਾਂ ਦੀ ਸੂਈ ਹੈ ਜੀ ਭਾਈ ਫਰਾਜ਼ ਇਹਨੂੰ ਵੀ ਸੂਈ ਨੂੰ 3 ਕਿ ਦਿਨ ਵੀ ਹੋਏ 3 ਕਿ ਦਿਨ ਹੋ ਗਏ ਨੇ ਮਾਸ਼ਾਅੱਲਾ ਜੀ ਲਬਾਸ ਵੀ ਦੋਸਤਾਂ ਚੈੱਕ ਕਰਨਾ 4 ਦੰਦ ਜੀ ਠੀਕ ਆ ਵੀ ਚੋਗੀ ਬਾਈ ਜ਼ਰਾ ਲੰਮੀ ਢੋਰਨੀ ਹੈ ਗੁਲਾਈ ਚ ਨਹੀਂ ਢੋਰਨੀ ਲੰਮੀ ਢੋਰਨੀ ਹੈ ਕਿਦਾਂ ਦੀ ਸੂਈ ਹੈ ਜੀ ਸੂਈ ਨੂੰ 4 ਕਿ ਦਿਨ ਭਾਈ ਫਰਾਜ਼ 4 ਕਿ ਦਿਨ ਤੇ ਆ ਵੀ ਚੋਗੀ ਹੈ ਹਾਂਜੀ ਚੋਗੀ 4 ਦੰਦ ਠੀਕ ਹੈ ਨੰਬਰ 3 ਤੇ ਚੈੱਕ ਕਰਵਾਉਂਦੇ ਆਪੇ ਪਹਿਲਨ ਸ਼ਾਨਦਾਰ ਬਾਈ ਜਨ ਖਿਲਾ ਰਹੇ ਤੇ ਬਰੀਕੀ ਚੈੱਕ ਕਰਨੀ ਹੈ ਹਾਈਟ ਵਗੈਰਾ ਵੇਖ ਲੈਣੀ ਹੈ ਥਣ ਤੇ ਚੈੱਕ ਕਰਾਓ ਭਰਾਵਾਂ ਨੂੰ ਕਿਹੜੇ ਮੈਂ ਚੈੱਕ ਕਰਵਾਉਣਾ ਮਾਸ਼ਾਅੱਲਾ ਜੀ ਛੁਆਰੇ ਲੱਗੇ ਨੇ ਇਹ ਮਾਸ਼ਾਅੱਲਾ ਜੀ ਥਣ ਦੋਸਤਾਂ ਵੇਖਣੇ ਭਾਈ ਲੱਸੀ ਦੀ ਕਰਵਾਓ ਜ਼ਰਾ ਲਬਾਸ ਡੱਬਲ ਆ ਧੁੰਨੀ ਨਾ ਹੁੰਦੇ ਬਰਾਬਰ ਕੋਲੀ ਵੀ ਦੋਸਤਾਂ ਵੇਖਣੀ ਹੈ ਦਿਨ ਤਕਰੀਬਨ 4 ਹੋ ਗਏ ਨੇ ਇਹ ਵੀ 4 ਦਾਂ ਦੇ ਚਿਹਰਾ ਵੀ ਦੋਸਤਾਂ ਵੇਖਣਾ ਬੱਗੀ ਮੋਛੇ ਹਲਕੀ ਜੀ ਬਾਈ ਜ਼ਰਾ ਲੰਮੀ ਟੋਲ ਕੇ ਲਾਇਓ ਬੋਲਾ ਕਿੰਨਾ ਕਿ ਭਾਈ ਇਮਰਾਨ ਸਾਹਿਬ ਦੇ ਕੋਲ 10 ਤੋਂ 11 ਕਿਲੋ ਵੀ ਹੈ ਦੋਵਾਂ ਟਾਈਮਾਂ ਦਾ ਟੋਟਲ ਬਾਈ ਲੰਮੀ ਟੋਲ ਕੇ ਲਿਉਣੀ ਹੈ 10 ਤੋਂ 11 ਕਿਲੋ ਠੀਕ ਹੈ ਜੀ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਬੋਲਾ ਹੀ ਹੈ ਨਾ ਪੂਰੀ ਕਬੂਤਰੀ ਹੈ ਮਾਸ਼ਾਅੱਲਾ ਜੀ ਤੁਹਾਨੂੰ ਦੋਸਤਾਂ ਫਿਰ ਚੈੱਕ ਕਰ ਲੈਣੇ ਨੇ ਲੈ ਚਲੋ ਬਾਈ ਜਾਨ ਪਿੱਛੇ ਕੱਟੀ ਇਹਦੇ ਜੀ ਭਾਈ ਫਰਾ ਦੇ ਦੀ ਠੀਕ ਹੈ ਕਰਮ ਵਾਲੀ ਆ ਵੀ ਦੋਵਾਂ ਨੇ ਪਿੱਛੇ ਦੇ ਕੱਟੀ ਮਾਸ਼ਾਅੱਲਾ ਜੀ ਇਹ ਜਾਵੇ ਜੇ ਤਾਂ ਜਾਵੇ ਦੋਸਤਾਂ ਵੇਖ ਕੀ ਮੁੰਡੇ ਤਾਂ ਭਾਰੀ ਹੋ ਗਈ ਭਾਈ ਚੌਂ ਦਿਨਾਂ ਦੀ ਠੀਕ ਹੈ ਜੀ ਬਿਹਤਰ ਹੋ ਗਿਆ ਜੀ ਭਾਈ ਇਮਰਾਨ ਸਾਹਿਬ ਕੀ ਰੇਟ ਹੈ ਜੀ ਝੋਟੀ ਨੰਬਰ 4 ਤੇ ਦਾ ਮੇਰੇ ਭਰਾ ਨੂੰ ਚੰਗੀ ਲੱਗੇਗੀ ਨਾ 3,85,000 ਦੀ ਦੇਵਾਂਗੇ ਫਾਈਨਲ 3,85,000 ਪਹਿਲਨ ਪਿੱਛੇ ਕੱਟੀ ਕਰਮ ਵਾਲੀਆਂ ਦੋ ਨੇ ਕੀਮਤ ਡਿਮਾਂਡ 3,85,000 ਬਬਲੂ ਸਾਹਿਬ ਅਗੇ ਲਿਆਓ ਜੀ ਨੰਬਰ 4 ਵਾਲੀ ਪਹਿਲਨ ਸੀ ਇਹ ਵਿਚਾਰ ਦਾਂ ਦੇ ਮਾਸ਼ਾਅੱਲਾ ਜੀ ਟੋਟਲ ਜਾਨਵਰ ਹੈ ਨਾ ਉਹਨੇ 4 ਸੇਲ ਹੋ ਗਈਆਂ ਨੇ ਪੰਜਾਂ ਦਾ ਸ਼ੋਕਰਵਾਨ ਨੇ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 4 ਤੇ ਜੀ ਭਾਈ ਇਮਰਾਨ ਸਾਹਿਬ ਕਿਨਵਾ ਸੁਆ ਜੀ ਦਾ ਬਾਈ ਫਰਾ ਦੂਸਰਾ ਸੁਆ ਜੀ ਬਾਈ ਇਹ ਲੰਮੀ ਢੋਰੇ ਜ਼ਰਾ ਕਾਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੀ ਰੰਗਤ ਸੇਮ ਹੈ ਸੁਆ ਦੂਸਰਾ ਜੀ ਜੀ ਗੱਲ ਸੱਚੀ ਦੱਸਣੀ ਚਾਹੀਦੀ ਹੈ ਨਾ ਬਿਲਕੁਲ ਜੀ ਖਲਾਰੇ ਭਾਈ ਇੱਥੇ ਪਿਛਲੀਆਂ ਵੀ ਤਿੰਨਾਂ ਵੀਡੀਓ 'ਚ ਪਈ ਤੇ ਤਿੰਨੇ ਵਾਰੀ ਵਿਕੀ ਹੈ ਠੀਕ ਹੈ ਤਿੰਨੇ ਵਾਰੀ ਬਿਆਨਾ ਆਇਆ ਤੇ ਫਿਰ ਕੀ ਵਜ੍ਹਾ ਬਣੀ ਹੈ ਅੱਲਾ ਜਾਣਦਾ ਵੇ ਕਿਸੇ ਦੇ ਨਸੀਬਾਂ 'ਚ ਨਹੀਂ ਹੋਣ ਡਈ ਦੀ ਠੀਕ ਹੈ ਠੀਕ ਹੈ ਮਕਸਦ ਇਹ ਵੀ ਗੱਲ ਕਰਨ ਦਾ ਗੱਲ ਕਰਦੇ ਨੇ ਬਿਆਨਾ ਵੀ 5,000 ਕੱਲਦੇ ਨੇ ਤੇ ਮਗਰੋਂ ਫਿਰ ਅਜ਼ਾਨ ਭਾਈ ਇੱਕ ਮਿੰਟ ਹੋ ਲੈਂਦੇ ਵੋ ਮਾਸ਼ਾਅੱਲਾ ਜੀ ਨੰਬਰ 4 ਤੇ ਚੈੱਕ ਕਰਵਾਉਂਦੇ ਹਾਂ ਭਾਈ ਯਾਰ ਵਜ਼ਾਹਤ ਕੀਤੀ ਕਿ ਪਿਛਲੀਆਂ ਦੋ ਤਿੰਨਾਂ ਵੀਡੀਓ 'ਚ ਸ਼ਾਮਲ ਸੀ ਬਿਆਨੇ ਆਏ ਲੇਕਿਨ ਸੇਲ ਨਹੀਂ ਹੋਏ ਸੋਆ ਕਿਨਵਾ ਭਾਈ ਇਮਰਾਨ ਸਾਹਿਬ ਦਾ ਦੂਸਰਾ ਸੋਆ ਪੱਕਾ ਗਰੰਟੀ ਨਾਲ ਦੁੱਧ 14 ਤੋਂ 15 ਕਿਲੋ ਪਿੱਛੇ ਕੱਟਾ ਸੋਆ ਦੂਸਰਾ ਚਿਹਰਾ ਦੋਸਤਾਂ ਵੇਖਣਾ ਵੇ ਦੁੱਧ 14 ਤੋਂ 15 ਕਿਲੋ ਪਿੱਛੇ ਦੇ ਕੱਟਾ ਵੇ ਤੇ ਕਿਦਾਂ ਦੀ ਸੂਈ ਹੈ ਭਾਈ ਇਮਰਾਨ ਸਾਹਿਬ ਫਰਾਜ਼ ਹੁਣ ਦੇ ਸੂਈ ਨੂੰ 5 ਦਿਨ ਹੀ ਹੋ ਗਏ ਸਮਝ 5 ਕਿ ਦਿਨ ਮਹੀਨਾ ਹੀ ਤਕਰੀਬਨ ਹੋ ਗਿਆ ਧੁੰਨੀ ਦਾ ਵੇ ਨਿਸ਼ਾਨ ਹੈ ਥਾਣ ਵੀ ਦੋਸਤਾਂ ਵੇਖ ਲੈਣੇ ਨੇ ਦੁੱਧ ਤਕਰੀਬਨ 14 ਤੋਂ 15 ਕਿਲੋ ਵੇ ਨੰਬਰ 4 ਤੇ ਚੈੱਕ ਕਰਵਾਉਂਦੇ ਆਪੇ ਪੁੱਠਾ ਵੀ ਦੋਸਤਾਂ ਵੇਖਣਾ ਬਰੀਕ ਚਮੜੀ ਹੈ ਜਾ ਭਾਈ ਲਿਆਓ ਜ਼ਰਾ ਭਾਈ ਬਬਲੂ ਸਾਹਿਬ ਇੱਥੇ ਜ਼ਰਾ ਲੰਮੀ ਕਰੋ ਮਾਸ਼ਾਅੱਲਾ ਜੀ ਜਸਾਮਤ ਦੋਸਤਾਂ ਵੇਖਣੀ ਹੈ ਜਾਨਵਰ ਸਾਰੇ ਪਿਆਰੇ ਨੇ ਜੀ 14 15 ਕਿਲੋ ਹਕੀਕਤ ਜ ਦੁੱਧ ਜੇ ਠੀਕ ਹੈ ਇਹ ਪਿੱਛੇ ਦੇ ਕੱਟਾ ਜੀ ਵੇਖੋ ਹੁਣ ਕੱਟਾ ਜੀ ਆ ਚੈੱਕ ਕਰੋ ਮਾਸ਼ਾਅੱਲਾ ਕੀ ਬਾਤ ਇਹ ਤਾਂ ਸ਼ੇਰ ਬਣ ਗਿਆ ਪੂਰਾ ਹਾਂਜੀ ਦੁੱਧ ਪੀਂਦਾ ਜੇ ਇੱਕ ਥਾਣ 5 ਦਿਨਾਂ ਦਾ ਮਾਸ਼ਾਅੱਲਾ ਜੀ ਇਹ ਜ਼ਰਾ ਤੁਹਾਨੂੰ ਦੋਸਤਾਂ ਕਰੀਬ ਤੋਂ ਹੀ ਵੇਖ ਲੈਣੇ ਨੇ ਲੈ ਚਲੋ ਭਾਈ ਜਾਨ ਜਸਾਮਤ ਕੀ ਡੀ ਧੁਨੀ ਦਾ ਵੀ ਨਿਸ਼ਾਨ ਹੈ ਕੀ ਰੇਟ ਭਾਈ ਇਮਰਾਨ ਸਾਹਿਬ ਛੋਟੀ ਚੰਗੀ ਲੱਗੇਗੀ ਫਾਈਨਲ ਦਾ ਰੇਟ 4.25 ਦੀ ਜਿਹੜਾ ਭਰਾ ਮਰਜ਼ੀ 4,25,000 ਦੁੱਧ 14 ਤੋਂ 15 ਕਿਲੋ 14 ਤੋਂ 15 ਜੀ ਬਿਹਤਰ ਹੋ ਗਿਆ ਅੱਗੇ ਭਾਈ ਲਿਆਓ ਜੀ ਨੰਬਰ 5 ਵਾਲੀ ਨੰਬਰ 4 ਤੇ ਚੈੱਕ ਕਰਵਾਈਏ ਕੀਮਤ ਡਿਮਾਂਡ 4.25 4,00,000 ਤੇ 25,000 ਅੱਗੇ ਭਾਈ ਲਿਆਓ ਜੀ ਨੰਬਰ 5 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 5 ਤੇ ਰੈਸਟ ਕਰਦੀ ਜੀ ਵੀ ਲੈ ਉਹ ਦਾ ਰੈਸਟ ਖਤਮ ਹੋ ਗਿਆ ਅਹੀ ਜਾਣ ਵੇ ਹੋਣ ਲੱਗ ਪਈ ਤਾਂ ਅਹੀ ਵੀ ਉਧਰ ਆ ਗਏ ਲਿਆਓ ਭਾਈ ਜਾਨ ਕਿਨਵਾ ਸੁਆ ਜੀ ਭਾਈ ਇਮਰਾਨ ਸਾਹਿਬ ਦਾ ਪਹਿਲਾਂ ਹੀ ਸੁਆ ਸੁਈ ਹੈ ਅੱਛਾ ਗਰੰਟੀ ਨਾਲ ਪਹਿਲਾਂ ਸੁਆ ਸੁਈ ਹੈ ਮੈਂ ਹੀ ਦਿੱਤੀ ਹੈ ਕਿਦਾਂ ਦੀ ਸੁਈ ਹੈ ਇਹ ਸੁਈ ਨੂੰ ਤਕਰੀਬਨ ਭਾਈ ਫਰਾਜ਼ ਮਹੀਨਾ ਹੋ ਗਿਆ ਝੂਠ ਨਹੀਂ ਮਾਰ ਠੀਕ ਹੈ ਜਾ ਮਗਰ ਕੀ ਨਹੀਂ ਜਾ ਇਹਦਾ ਮਰ ਗਿਆ ਜੇ ਟੋਰ ਭਾਈ ਜਾਨ ਇਹ ਵੇਖ ਲਵੋ ਇਹ ਇਹਦਾ ਜਾ ਜੇ ਅੱਛਾ ਇੱਕ ਮਿੰਟ ਵੀਡੀਓ ਬਣਾਈ ਹੈ ਤੇ ਮੱਝ ਪਹਾੜੇ ਤੇ ਚੋਣ ਡਿਆ ਕਾਲਾ ਠੀਕ ਹੈ ਜੀ ਇਹ ਭਾਈ ਫਰਾਜ਼ ਇਹ ਵੇਖ ਫੇਰ ਪਲੇ ਕਰਿਓ ਇਹ ਇਹਦਾ ਜਾ ਜੇ ਇਹ ਭਾਈ ਫਰਾਜ਼ ਕਾਲਾ ਚੋਰ ਹੈ ਠੀਕ ਹੈ ਇਹ ਝੋਟੀ ਪੈ ਜਾਣ ਪਹਾੜੇ ਤੇ ਰਹੇਗੀ ਜੇ ਕਿਸੇ ਦੇ ਘਰ ਜਾ ਕੇ ਵੀ ਭਾਈ ਫਰਾਜ਼ ਅਗਰ ਇਹ ਲੱਤ ਹਲਾਏ ਤੇ ਉਹਦਾ ਵੀ ਜ਼ਿੰਮੇਦਾਰ ਆ ਚੁਆਈ ਦੋਵੇਂ ਟਾਈਮ ਪਹਾੜੇ ਤੇ ਸਵੇਰ ਪਹਿਲਾ ਵੇ ਮਹੀਨਾ ਹੋ ਗਿਆ ਮਾਸ਼ਾਅੱਲਾ ਜੀ ਟੋਰੇ ਭਾਈ ਜ਼ਰਾ ਲੰਮੀ ਨੰਬਰ 5 ਤੇ ਚੈੱਕ ਕਰਵਾਉਣੇ ਆਪੇ ਦੁੱਧ ਕਿੰਨਾ ਕੇ ਭਾਈ ਇਮਰਾਨ ਸਾਹਿਬ ਦੇ ਫਰਾਜ਼ ਹੋਏਗਾ 9 ਤੋਂ 10 ਕਿਲੋ 9 ਤੋਂ 10 ਕਿਲੋ ਯਾਨੀ ਕਿ ਹੁਣ ਚੋਣੇ ਚੋਣੇ ਜਾਤ ਮਗਰ ਨਹੀਂ ਭਾਈ ਲਿਆਓ ਜੀ ਪਹਿਲਨ ਹੋ ਕੇ ਥਾਣ ਵੀ ਦੋਸਤਾਂ ਵੇਖ ਲੈਣੇ ਨੇ ਸੋਹਣੇ ਮੁੱਠੀ ਦੋਰੇ ਲੱਗੇ ਨੇ ਖਲਾਰੇ ਭਾਈ ਇੱਕ ਸਿੰਘ ਦੀ ਖੁੰਟੀ ਨਹੀਂ ਨਹੀਂ ਭਾਈ ਫਰਾਜ਼ ਤੇ ਕਿੰਨੇ ਦੰਦ ਜੀ ਆ 6 ਦੰਦ ਜੀ ਪਹਿਲਨ ਜੀ ਭਾਈ ਖਲਾਰੇ ਜ਼ਰਾ ਚਿਹਰਾ ਸਾਹਮਣੇ ਕਰੇ ਜੀ ਸ਼ਿੱਗੀ ਤੇ ਪਹਿਲਨ ਮਾਸ਼ਾਅੱਲਾ ਜੀ ਚਿਹਰਾ ਵੀ ਦੋਸਤਾਂ ਵੇਖ ਲੈਣਾ ਮੈਂ ਦੁੱਧ
ਉਹ ਦੇਖ ਇਹ ਲਿਆਂਦੀ ਏ ਇਹਦਾ ਮੁੱਲ ਏ ਭਾਈ ਫਰਾਜ਼ ਹੁਣ ਸਿਰਫ 3.5 ਲੱਖ ਰੁਪਏ 3 ਲੱਖ ਤੇ 25000 ਦੁੱਧ 9 ਤੋਂ 10 ਕਿਲੋ 9 ਤੋਂ 10 ਕਿਲੋ ਪਹਾੜੇ ਤੇ ਦੋਹੇ ਟਾਈਮ ਤੇ ਗਾਵਾਂ ਐ ਨੇ ਭਾਈ ਫਰਾਜ਼ ਗਾਵਾਂ ਹੈ ਸਹੀ ਨੇ ਲੇਕਿਨ जी बेहतर होगा भाई इथे आइएगा तो शौक करा लांगे मजीद तो दोस्तों वास्ते पैगाम मजीद पैगाम ही पैगाम शाम दी जान होन लगे हो भाई ते बाकी अल्लाह दे वाले बहुत शुक्रिया भाई इमरान साहब उम्मीद करने दोस्तों ने वीडियो पसंद आई होगी इजाजत चाहते हैं अल्लाह हाफिज़।